ਜਦੋਂ ਪ੍ਰੀਮੀਅਰ ਸੀਗਾ ਮੈਂ ਮੰਮੀ ਨੂੰ ਪੁੱਛਿਆ ਬਾਅਦ 'ਚ ਮੈਂ ਮੰਮੀ ਕਿਵੇਂ ਫਿਲਮ ਵੀ ਫਿਲਮ ਕਿਵੇਂ ਲੱਗੀ ਕਹਿੰਦੀ ਤੂੰ ਸੋਹਣਾ ਲੱਗਦਾ ਜੀ ਮਤਲਬ ਉਹਨਾਂ ਨੂੰ ਫਿਲਮ ਬਸ ਉਹਦੇ ਪੁੱਤ ਜੀ ਦੇ ਗਈ ਸਾਰੀ ਸੋ ਮਾਪਿਆਂ ਨਾਲ ਤਾਂ ਇਹੀ ਹੁੰਦਾ ਜਿਵੇਂ ਕਹਿੰਦੇ ਹੁੰਦੇ ਜੀ ਮਾਪੇ ਆਪਣੇ ਪੁੱਤਾਂ ਵੱਲ ਦੇਖ ਦੇਖ ਹੀ ਜਿਉਂਦੇ ਆ ਹੈ ਨਾ ਜਵਾਕਾਂ ਵੱਲ ਦੇਖ ਦੇਖ ਹੀ ਜਿਉਂਦੇ ਔਰ ਉਹਨਾਂ ਦੀ ਉਹੀ ਪ੍ਰੋਪਰਟੀ ਹੁੰਦੀ ਆ ਤਾਂ ਬਲੈਸਡ ਹਾਂ ਯਾਰ ਸਾਡੇ ਕੋਲ ਮਾਂ ਹੈਗੇ ਆ ਪਿਓ ਹੈਗੇ ਆ ਨਾ ਸਾਰੇ ਜਿੱਦਾਂ ਸੋ ਵਧੀਆ ਮੈਂ ਮੰਮੀ ਨੂੰ ਇਹੀ ਕਿਹਾ ਮੈਂ ਕਿਹਾ ਮੰਮੀ ਮੈਨੂੰ ਪਤਾ ਨਹੀਂ ਤੁਸੀਂ ਪਹਿਲਾਂ ਫਿਲਮ ਦੋਵੇਂ ਜਾਣੇ ਨੇ ਕਦੋਂ ਇਕੱਠੀ ਦੇਖੀ ਹੋਗੀ ਪਰ ਆਹ ਦੇਖੀ ਉਹ ਵੀ ਮੇਰੀ ਦੇਖੀ ਮੈਂ ਬਹੁਤ ਖੁਸ਼ ਹਾਂ ਪੀ ਬਾਈ ਹੋਰਾਂ ਨਾਲ ਤਾਂ ਮੈਂ ਜਿੰਨੇ ਪ੍ਰੋਜੈਕਟ ਕਰਿਆ ਮੇਰੇ ਖਿਆਲ 'ਚ ਮੈਂ ਹਮੇਸ਼ਾ ਗੱਲ ਕਰਦਾ ਨਾ ਵੀ ਜਿੰਨੇ ਮੇਰੀ ਜ਼ਿੰਦਗੀ 'ਚ ਮੈਂ ਕੰਮ ਕੀਤਾ ਜਿਹੜਾ ਮੇਰਾ ਬੈਸਟ ਕੰਮ ਆ ਜਾਂ ਜਿਹੜਾ ਲੋਕਾਂ ਨੂੰ ਵੀ ਲੱਗਿਆ ਵੀ ਹਾਂ ਇਹ ਹੈ ਚਾਹੇ ਉਹ ਜ਼ਿਲ੍ਹਾ ਸੰਗਰੂਰ ਸੀ ਚਾਹੇ ਮਾਂ ਫਿਲਮ ਸੀ ਚਾਹੇ ਪੋਸਟੀ ਸੀਗਾ ਚਾਹੇ ਸ਼ਾਵਾਨੀ ਗਧਾਈ ਲਾਲ 'ਚ ਸੀ ਜਾਂ ਇਹਦੇ ਵਿੱਚ ਜਿੰਨਾ ਮੇਰਾ ਕੈਮਿਓ ਹੈਗਾ ਜਾਂ ਅੱਗੇ ਕ੍ਰਿਮੀਨਲ 'ਚ ਮੈਨੂੰ ਤਾਂ ਅਲੱਗ ਅਲੱਗ ਕਿਰਦਾਰ ਬਾਈ ਹੋਰਾਂ ਨਹੀਂ ਦਿੱਤੇ ਨਾ ਮੇਰੇ 'ਤੇ ਵਿਸ਼ਵਾਸ ਹੀ ਇੰਨਾ ਕਰਦੇ ਵੀ ਇਹ ਬੋਲੀ ਕਰ ਲਊਗਾ ਤਾਂ ਅਸੀਂ ਸਿੱਖਦੇ ਹਾਂ ਉਹਨਾਂ ਤੋਂ ਵੀ ਯਾਰ ਐਡਾ ਵੱਡਾ ਸੁਪਰ ਸਟਾਰ ਹੋ ਕੇ ਇਹਨਾਂ ਨੂੰ ਇੱਕ ਮਿੰਟ ਦਾ ਚੈਨ ਨਹੀਂ ਅਸੀਂ ਤਾਂ ਹਜੇ ਕੀਤੇ ਕੋਈ ਨਹੀਂ ਸਾਡੀਆਂ ਸ਼ੁਰੂਆਤਾਂ ਹੈ ਵੀ ਅਸੀਂ ਵੀ ਹਜੇ ਬਹੁਤ ਕੰਮ ਕਰਨਾ ਅਤੇ ਮੈਂ ਤਾਂ ਵਧਾਈ ਦਊਂਗਾ ਬਾਈ ਹੋਰਾਂ ਨੂੰ ਸਾਰੀ ਟੀਮ ਨੂੰ ਕਿ ਮੁੜ ਕੇ ਸਿਨੇਮੇ 'ਚ ਰੌਣਕਾਂ ਲੱਗੀਆਂ ਨੇ ਹਾਊਸਫੁੱਲ ਹੋ ਰਿਹਾ ਹੈ ਨਾ ਸਾਰੇ ਸਿਨੇਮੇ ਲਈ ਵਧਾਈ ਹੈ ਇਹ ਸੋ ਬਹੁਤ ਵਧੀਆ ਲੱਗਿਆ ਫਿਲਮ ਦਾ ਪਾਰਟ 1 ਤੋਂ ਸੋ ਸਾਡੇ ਨਾਲ ਇਸ ਵਕਤ ਮੌਜੂਦ ਨੇ ਰਘੁਬੀਰ ਬੋਲੀ ਔਰ ਯਾਰ ਮੇਰਾ ਤਿਤਲੀਆਂ ਵਰਗਾ ਫਿਲਮ ਰਾਹੀਂ ਐਜ਼ ਅ ਡੈਬਿਊ ਡਾਇਰੈਕਟਰ ਵਿਕਾਸ ਵਸ਼ਿਸ਼ਟ ਫਿਲਮ ਫਾਈਨਲੀ ਰਿਲੀਜ਼ ਹੋ ਗਈ ਹੈ ਫੈਨਸ ਬਹੁਤ ਜ਼ਿਆਦਾ ਪਿਆਰ ਦੇ ਰਿਹਾ ਸੋ ਉਹਨਾਂ ਨੂੰ ਕਿਸ ਤਰ੍ਹਾਂ ਦਾ ਲੱਗਿਆ ਲੋਕਾਂ ਦਾ ਰਿਸਪੋਂਸ ਦੇਖ ਕੇ ਗੱਲਬਾਤ ਕਰਦੇ ਆ ਰਘੁਬੀਰ ਫਿਲਮ ਦੀ ਸ਼ੁਰੂਆਤ ਹੀ ਤੁਹਾਡੇ ਤੋਂ ਹੋਈ ਬਸ ਇਹ ਕਹਿੰਦੇ ਵੀ ਐਂ ਕਰਕੇ ਵੱਡਾ ਐਕਟਰ ਆਵੇ ਜਿਹੜਾ ਸ਼ੁਰੂਆਤ ਕਰੇ ਫਿਲਮ ਇਹ ਵੀ ਬਹੁਤ ਹੈ ਨਹੀਂ ਚਲੋ ਤਾਂ ਜੋਕਸ ਪਾਰਟ ਆਈ ਮੇਰੇ ਹਿੱਸੇ ਕਿਰਦਾਰ ਇੱਦਾਂ ਇਹ ਆਈ ਹੈ ਜੀ ਸਟੋਰੀ ਨਾ ਆਸ਼ਕ ਦਿਖਾਉਣੀ ਕਿਸਮਾਂ ਦਿਖਾਉਣੀਆਂ ਸੀ ਪਹਿਲਾਂ ਜਿੱਥੋਂ ਫਿਲਮ ਸਟਾਰਟ ਹੋਣੀ ਸੀ ਸਟਾਰਟਅਪ ਲੈਣਾ ਸੀ ਤਾਂ ਮੈਨੂੰ ਉਹਦੇ ਲਈ ਬੁਲਾਇਆ ਆਪਾਂ ਹਾਜ਼ਰ ਹੋ ਗਏ ਜੀ ਸੋ ਵਧੀਆ ਲੱਗਿਆ ਜੀ ਕਰਕੇ ਹਮੇਸ਼ਾ ਹੀ ਗਿੱਪੀ ਬਾਈ ਹੋਰਾਂ ਨਾਲ ਤਾਂ ਮੈਂ ਜਿੰਨੇ ਪ੍ਰੋਜੈਕਟ ਕਰਿਆ ਮੇਰੇ ਖਿਆਲ 'ਚ ਮੈਂ ਹਮੇਸ਼ਾ ਗੱਲ ਕਰਦਾ ਨਾ ਵੀ ਜਿੰਨੇ ਮੇਰੀ ਜ਼ਿੰਦਗੀ 'ਚ ਮੈਂ ਕੰਮ ਕੀਤਾ ਜਿਹੜਾ ਮੇਰਾ ਬੈਸਟ ਕੰਮ ਆ ਜਾਂ ਜਿਹੜਾ ਲੋਕਾਂ ਨੂੰ ਵੀ ਲੱਗਿਆ ਵੀ ਹਾਂ ਇਹ ਹੈ ਚਾਹੇ ਉਹ ਜ਼ਿਲ੍ਹਾ ਸੰਗਰੂਰ ਸੀ ਚਾਹੇ ਮਾਂ ਫਿਲਮ ਸੀ ਚਾਹੇ ਪੋਸਟੀ ਸੀਗਾ ਚਾਹੇ ਸ਼ਾਵਾਨੀ ਗਧਾਈ ਲਾਲ 'ਚ ਸੀ ਜਾਂ ਇਹਦੇ ਵਿੱਚ ਜਿੰਨਾ ਮੇਰਾ ਕੈਮਿਓ ਹੈਗਾ ਜਾਂ ਅੱਗੇ ਕ੍ਰਿਮੀਨਲ 'ਚ ਮੈਨੂੰ ਤਾਂ ਅਲੱਗ ਅਲੱਗ ਕਿਰਦਾਰ ਬਾਈ ਹੋਰਾਂ ਨਹੀਂ ਦਿੱਤੇ ਨਾ ਮੇਰੇ 'ਤੇ ਵਿਸ਼ਵਾਸ ਹੀ ਇੰਨਾ ਕਰਦੇ ਵੀ ਇਹ ਬੋਲੀ ਕਰ ਲਊਗਾ ਸੋ ਮੈਂ ਤਾਂ ਹਮੇਸ਼ਾ ਮਤਲਬ ਆਪਦੇ ਆਪ ਨੂੰ ਬਲੈਸਡ ਫੀਲ ਕਰਦਾ ਕਿ ਮੇਰੇ ਇੱਦਾਂ ਦੇ ਕਿਰਦਾਰ ਝੋਲੀਆਂ ਵੀ ਬਹੁਤ ਜ਼ਿਆਦਾ ਤਾਰੀਫ ਕਰਦੇ ਆ ਉਹ ਕਹਿੰਦੇ ਕਿ ਵੀ ਭਾਅ ਜੀ ਦਾ ਨਾਮ ਸੁਣ ਕੇ ਰਿਸਪੈਕਟ ਹੈ ਜੋ ਵਰਡ ਮੇਰੇ ਦਿਮਾਗ 'ਚ ਹਮੇਸ਼ਾ ਆਉਂਦਾ ਕਿਉਂਕਿ ਉਹ ਸਭ ਨੂੰ ਹਮੇਸ਼ਾ ਇੱਜ਼ਤ ਦਿੰਦੇ ਆ ਬਿਲਕੁਲ ਇਹ ਤਾਂ ਹੈ ਹੀ ਹੈ ਜੀ ਦੇਖੋ ਗਿੱਪੀ ਬਾਈ ਹੋਰਾਂ ਦੀ ਇਹ ਖਾਸੀਅਤ ਆ ਜਿਵੇਂ ਕਹਿੰਦੇ ਨੇ ਵੀ ਜੌਹਰੀ ਨੂੰ ਪਤਾ ਹੁੰਦਾ ਨਾ ਹੀਰੇ ਦੀ ਮੈਂ ਤਾਂ ਨਹੀਂ ਖਰਾਬ ਦੇ ਆਪ ਨੂੰ ਹੀਰਾ ਕਹਿੰਦਾ ਪਰ ਜਿੱਦਾਂ ਵਿਕਾਸ ਬਾਈ ਹੋਰੀ ਨੇ ਇੰਨੀ ਮਿਹਨਤ ਕਰਦੇ ਇੰਨੇ ਟਾਈਮ ਤੋਂ ਲੱਗੇ ਹੋਏ ਆ ਜਿਹੜੇ ਵੀ ਸੈੱਟ 'ਤੇ ਅਸੀਂ ਕੰਮ ਕੀਤਾ ਬਹੁਤ ਨਜ਼ਾਰਾ ਆਉਂਦਾ ਸੀ ਇਹਨਾਂ ਨਾਲ ਕੰਮ ਕਰਕੇ ਹੈ ਨਾ ਇੰਨਾ ਪੈਸ਼ਨ ਮਤਲਬ ਗਿੱਪੀ ਬਾਈ ਦੇ ਆਲੇ ਦੁਆਲੇ ਸਰਾਊਂਡਿੰਗ 'ਚ ਵੀ ਉੱਦਾਂ ਦੇ ਬੰਦੇ ਨੇ ਚਾਹੇ ਅਸੀਂ ਕੋਈ ਲੇਟ ਮਿਲਿਆ ਬਾਅਦ 'ਚ ਮਿਲਿਆ ਉਹ ਬਾਈ ਦੇ ਔਰੇ 'ਚ ਹੀ ਆ ਜਾਂਦੇ ਨੇ ਕਿਉਂਕਿ ਉਹ ਇੰਨਾ ਮਤਲਬ ਥਕਾਵਟ ਤਾਂ ਉਹਨਾਂ ਦੇ ਸ਼ਬਦ ਹੈ ਹੀ ਨਹੀਂ ਡਿਕਸ਼ਨਰੀ 'ਚ ਹੈ ਨਾ ਤਾਂ ਅਸੀਂ ਸਿੱਖਦੇ ਹਾਂ ਉਹਨਾਂ ਤੋਂ ਵੀ ਯਾਰ ਐਡਾ ਵੱਡਾ ਸੁਪਰ ਸਟਾਰ ਹੋ ਕੇ ਇਹਨਾਂ ਨੂੰ ਇੱਕ ਮਿੰਟ ਦਾ ਚੈਨ ਨਹੀਂ ਅਸੀਂ ਤਾਂ ਹਜੇ ਕੀਤੇ ਕੋਈ ਨਹੀਂ ਸਾਡੀਆਂ ਸ਼ੁਰੂਆਤਾਂ ਵੀ ਅਸੀਂ ਵੀ ਹਜੇ ਬਹੁਤ ਕੰਮ ਕਰਨਾ ਅਤੇ ਮੈਂ ਤਾਂ ਵਧਾਈ ਦਊਂਗਾ ਬਾਈ ਹੋਰਾਂ ਨੂੰ ਸਾਰੀ ਟੀਮ ਨੂੰ ਕਿ ਮੁੜ ਕੇ ਸਿਨੇਮੇ 'ਚ ਰੌਣਕਾਂ ਲੱਗੀਆਂ ਨੇ ਹਾਊਸਫੁੱਲ ਹੋ ਰਿਹਾ ਹੈ ਨਾ ਸਾਰੇ ਸਿਨੇਮੇ ਲਈ ਵਧਾਈ ਹੈ ਇਹ ਸੋ ਬਹੁਤ ਵਧੀਆ ਲੱਗਿਆ ਫਿਲਮ ਦਾ ਪਾਰਟ 1 ਕੇ ਵਿਕਾਸ ਡੈਬਿਊ ਡਾਇਰੈਕਟਰ ਹਮੇਸ਼ਾ ਕੋਈ ਵੀ ਪਹਿਲਾ ਪ੍ਰੋਜੈਕਟ ਹੁੰਦਾ ਉਹ ਸਾਡੇ ਲਈ ਖਾਸ ਹੀ ਹੁੰਦਾ ਸੋ ਇਸਦਾ ਜੋ ਰਿਸਪੋਂਸ ਤੁਸੀਂ ਦੇਖ ਰਹੇ ਹੋ ਕਿ ਇਹ ਫਿਲਮ ਹਮੇਸ਼ਾ ਤੁਹਾਡੇ ਲਈ ਖਾਸ ਹੀ ਰਹੇਗੀ ਹਮੇਸ਼ਾ ਮੈਮ ਹਮੇਸ਼ਾ ਪਹਿਲਾ ਪ੍ਰੋਜੈਕਟ ਹਮੇਸ਼ਾ ਇੱਕ ਹਰ ਚੀਜ਼ ਲਈ ਟਾਈਮ ਮਿਲਦਾ ਪ੍ਰੋਪਰਲੀ ਸੋ ਬਹੁਤ ਲੋਕਾਂ ਦਾ ਵਿਸ਼ਵਾਸ ਹੁੰਦਾ ਜਿਹਨਾਂ ਵਿੱਚੋਂ ਸਭ ਤੋਂ ਪਹਿਲੇ ਗਿੱਪੀ ਭਾਅ ਜੀ ਨਰੇਸ਼ ਭਾਅ ਜੀ ਸਟੈਬਲਿਸ਼ ਰਾਈਟਰ ਨੇ ਬਹੁਤ ਅੱਛੇ ਰਾਈਟਰ ਨੇ ਮੈਂ ਤਾਂ ਬਹੁਤ ਲੱਕੀ ਮੰਨਦਾ ਆਪਣੇ ਆਪ ਨੂੰ ਮੈਨੂੰ ਬੈਸਟ ਰਾਈਟਰ ਬੈਸਟ ਪ੍ਰੋਡਿਊਸਰ ਬੈਸਟ ਪ੍ਰੋਡਕਸ਼ਨ ਹਾਊਸ ਔਰ ਬੈਸਟ ਐਕਟਰ ਮਿਲਿਆ ਇਸ ਤੋਂ ਵੱਡੀ ਚੀਜ਼ ਤਾਂ ਮਿਲ ਹੀ ਨਹੀਂ ਸਕਦੀ ਮੈਨੂੰ ਕਦੀ ਵੀ ਔਰ ਇੱਕ ਡੈਬਿਊ ਡਾਇਰੈਕਟਰ ਨੂੰ ਤਾਂ ਕਦੀ ਵੀ ਨਹੀਂ ਰਘਬੀਰ ਇਹ ਕਰੈਕਟਰ ਦੇਖ ਕੇ ਤੁਹਾਡੀ ਮਦਰ ਨੇ ਕੀ ਕਿਹਾ ਇਹ ਜੇ ਦੇਖੀ ਨਹੀਂ ਹੋਣੀ ਉਹਨਾਂ ਨੇ ਫਿਲਮ ਜੀ ਨਹੀਂ ਦੇਖੀ ਪਿੰਟ ਰਹਿੰਦੇ ਨੇ ਹਾਂ ਉਹਨਾਂ ਤਾਂ ਮੈਂ ਹੀ ਦਿਖਾਉਣਾ ਜੋ ਦਿਖਾਉਣਾ ਉੱਦਾਂ ਤਾਂ ਉਹ ਜਾਂਦੇ ਨਹੀਂਗੇ ਸਿਨੇਮੇ 'ਚ ਮੇਰੀਆਂ ਵੀ ਉਹਨਾਂ ਨੇ ਬਸ ਉਹ ਮਰ ਗਏ ਲੋਕੋ ਅਤੇ ਮਾਂ ਫਿਲਮ ਦੇਖੀ ਸੀ ਜਿਹੜੀ ਸਿਨੇਮੇ 'ਚ ਦੇਖੀ ਆ ਮੇਰੇ ਨਾਲ ਬਹਿ ਕੇ ਉੱਦਾਂ ਇੱਕ ਨਾ ਤਾਂ ਹੋਰ ਫਿਲਮ ਮਿਲਦਾ ਤਾਂ ਪਿੰਡੋਂ ਆਪਣੇ ਗੁਆਂਢੀ ਸੀ ਉਹ ਦਿਖਾ ਕੇ ਲਿਆਏ ਸੀ ਉੱਦਾਂ ਉਹ ਘੱਟ ਜਾਂਦੇ ਸਿਨੇਮੇ ਥੀਏਟਰਸ 'ਚ ਤੁਸੀਂ ਹੀ ਆਪਣੇ ਮਦਰ ਨੂੰ ਲੈ ਕੇ ਹਾਂਜੀ ਤੁਸੀਂ ਹੀ ਆਪਣੀ ਮਦਰ ਨੂੰ ਲੈ ਕੇ ਜਾਂਦੇ ਹਾਂਜੀ ਉਹ ਜਾਂਦੇ ਨਹੀਂ ਹੈਗੇ ਜੀ ਮਤਲਬ ਉੱਦਾਂ ਉਵੇਂ ਕਿਉਂਕਿ ਮੈਂ ਇੱਥੇ ਉਹਨਾਂ ਛੋਟਾ ਵੀ ਯੂਨੀਵਰਸਿਟੀ ਹੁੰਦਾ ਫਿਰ ਉਹ ਵੀ ਚੱਕਰ ਹੈਗਾ ਵਿਕਾਸ ਮੈਂ ਇਹ ਗੱਲ ਕਰ ਰਹੀ ਸੀ ਤੁਹਾਡੇ ਪੇਰੈਂਟਸ ਨੇ ਕੀ ਕੰਪਲੀਮੈਂਟਸ ਦਿੱਤੇ ਮਤਲਬ ਐਜ਼ ਅ ਡੈਬਿਊ ਡਾਇਰੈਕਟਰ ਮੁਬਾਰਕਾਂ ਤੇ ਜ਼ਰੂਰ ਦਿੰਦੇ ਹੀ ਹੋਣਗੇ ਤੁਹਾਨੂੰ ਕੀ ਉਹਨਾਂ ਨੇ ਤੁਹਾਨੂੰ ਕਿਹਾ ਸਪੈਸ਼ਲ ਹਾਂ ਉਹਨਾਂ ਨੇ ਸਵੇਰੇ ਹੀ ਦੇਖਿਆ ਸਭ ਤੋਂ ਪਹਿਲਾਂ ਸ਼ੋਅ ਬਿਲਕੁਲ ਘਰ ਦੇ ਨਾਲ ਹੀ ਹੈ ਥੀਏਟਰ ਅੰਮ੍ਰਿਤਸਰ ਸੋ ਮੰਮੀ ਪਾਪਾ ਦੋਨੋਂ ਜਾ ਕੇ
मैं तो इन्ना ही खुश हाँ मम्मी पापा दोनों कट्ठे गए इस तो वड्डी तो मेरे लिए कोई चीज़ ही नहीं। सो असी जिन्हें मर्जी मॉडर्न हो जाइए पर जो घर जाइए ना वो मम्मी पापा नाल बैठे होन वो करें साडे वास्ते वही सब तो वड्डी चीज़ है। सो वो देख के आए मैं मम्मी नूं यही कहा मैं कहा मम्मी मैनू पता नहीं तुसीं पहला फिल्म दोवें जणे ने कदों कट्ठी देखी होगी पर आ देखी वो भी मेरी देखी मैं बहुत खुश हाँ। रघुबीर अगर गल की जाए शायद असं यहोजे परिवारों चाहते हैं कि साडे पेरेंट्स थिएटर नहीं जाते होंगे जो तो असी फिल्मों के नाल जुड़ जाते हैं फिल्मी दुनिया के नाल फिर वो साडा ही काम देखते हैं वो होर नहीं काम देखते। सो की थोड़ा भी थोड़ी भी इस तरह की जर्नी है? बिल्कुल यही है जी माँ तो मेरा मेरी फिल्म आँदी है चाहे मेरा वो जे आ फिल्म भी देखे जे ये भी देख माँ का तो अपने पुत से ध्यान होंगे जिदा मेरे याद आ मर गए लोग वे जो प्रीमियर से मैं मम्मी ने पूछा बाद मैं मम्मी किमें फिल्म भी फिल्म किमें लगी कहती तू सोना लगता जी मतलब उन्होंने फिल्म बस अपने पुत जी देगी सारी। सो मापिया ने तो यही होंगे जिमें कहते हैं जी मापे अपने पुतों वाले देख देख ही ज्यौदा है ना जवाकों वाले देख देख ही ज्यौदे और उन्होंने उही प्रॉपर्टी होंगी है तो ब्लैसड है यार साढ़े को माँ है प्यो है ना सारे जिदा है। सो वधिया बहुत शुक्रिया।